ਮੈਂ ਪੰਜਾਬ ਦੇ ਨਾਲ-ਨਾਲ ਦੇਸ਼ ਦੇ ਅੰਦਰ ਇੱਕ slogan ਦੇਣ ਵਾਲੇ ਹਰ ਮੋਰਚਾ ਫਤਿਹ ਦੇ ਸਾਰੇ ਸੂਰਬੀਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿ ਤੁਸੀਂ ਆਪਣੇ ਨਾਲ ਲੜ ਕੇ ਜਿਹੜੀ ਕਿਸਾਨੀ ਅੰਦੋਲਨ 'ਚ ਜਿੱਤ ਪ੍ਰਾਪਤ ਕੀਤੀ ਹੈ ਇਹਦੇ ਤੁਸੀਂ ਵਧਾਈ ਦੇ ਪਾਤਰ ਹੋ ਪਰ ਮੇਰੀ ਹੁਣ ਬੇਨਤੀ ਹੈ ਹਰ ਮੋਰਚਾ ਫਤਿਹ ਕਰਨ ਵਾਲੇ ਉਹਨਾਂ ਸੂਰਬੀਰਾਂ ਨੂੰ ਕਿ ਇੱਕ ਮੋਰਚਾ 26 ਦਸੰਬਰ 1704 ਦੇ ਵਿੱਚ ਪੰਜਾਬ ਦੀ ਧਰਤੀ ਤੇ ਉੱਪਰ ਫਤਿਹ ਕੀਤਾ ਸੀ ਉਹ ਫਤਿਹ ਕੀਤਾ ਸੀ ਛੋਟੇ ਸਹਬਜ਼ਾਦਿਆਂ ਨੇ 7 ਸਾਲ ਦੀ ਉਮਰ 'ਚ ਤੇ 9 ਸਾਲ ਦੀ ਉਮਰ 'ਚ ਜਦੋਂ ਉਹਨਾਂ ਨੇ ਆਪਣਾ ਧਰਮ ਪਰਵਰਤਨ ਕਰਨਾ ਜਿਹੜਾ ਉਚਿਤ ਨਹੀਂ ਸਮਝਿਆ ਧਰਮ ਦੀ ਰੱਖਿਆ ਕਰਨ ਵਾਸਤੇ ਆਪਣੇ ਆਪ ਨੂੰ ਦਿਵਾਰਾਂ 'ਚ ਚੁਨਾ ਲਿਆ ਤੇ ਆਪਣੇ ਪ੍ਰਾਂਤ ਤਿਆਗ ਦਿੱਤੇ ਮੇਰੀ ਬੇਨਤੀ ਹੈ ਉਹਨਾਂ ਵੀਰਾਂ ਨੂੰ ਜਿਹੜੇ ਹਰ ਮੋਰਚਾ ਫਤਿਹ ਦੇ ਉੱਪਰ ਵੱਡੇ ਵੱਡੇ ਨਾਰੇ ਲਗਾਉਂਦੇ ਨੇ ਵੱਡੇ ਵੱਡੇ ਸਲੋਗਨ ਦਿੰਦੇ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਜਿਹੜਾ ਉਹ ਮੋਰਚਾ 1704 ਚ ਫਤਿਹ ਕੀਤਾ ਸੀ ਉਸ ਮੋਰਚੇ ਦੇ ਸਬੰਧ ਚ ਜੇ ਗੱਲ ਕਰੀਏ ਅੱਜ ਸੈਂਕੜਾ ਹੀ ਜਿਹੜੇ ਸਾਡੇ ਨੇ ਗਾਤਰੇ ਲਾਹਾ ਕੇ ਕੀਲੀਆਂ ਦੇ ਟੰਗ ਦਿੱਤੇ ਜਾਂਦੇ ਨੇ ਔਰ ਡੁਬਕੀ ਲਵਾ ਕੇ ਪਾਣੀ ਦੇ ਅੰਦਰ ਸਾਡਾ ਧਰਮ ਪ੍ਰਵਤਨ ਖਰਾ ਦਿੱਤਾ ਜਾਂਦਾ ਹੈ ਅੱਜ ਸਿੱਖੀ ਜਿਹੜੀ ਆ ਉਦਾ ਬਹੁਤ ਸਾਰੇ ਤਰੀਕਿਆਂ ਦੇ ਨਾਲ ਜਿਹੜਾ ਆ ਘਾਣ ਕੀਤਾ ਜਾ ਰਿਹਾ ਹਜ਼ਾਰਾਂ ਹੀ ਲੋਕ ਸਿੱਖੀ ਧਰਮ ਨੂੰ ਛੱਡ ਕੇ ਜਿਹੜੇ ਆ ਉਹਨਾਂ ਨੂੰ 크ਿਸਚੀਅਨ ਬਣਾਇਆ ਜਾ ਰਿਹਾ ਸੋ ਮੇਰੇ ਵੀਰ ਜਿਹੜੇ ਹਰ ਮੋਰਚਾ ਫਤਿਹ ਕਰਦੇ ਨੇ ਇਹ ਕਦੋਂ ਜਾਗਣਗੇ ਇਹ ਕਦੋਂ ਦੇਖਣਗੇ ਕਿ ਸਾਡੀ ਜਿਹੜੀ ਕੌਮ ਹੈ ਸਾਡੀ ਜਿਹੜੀ ਨਸਲ ਹੈ ਉਹਨੂੰ ਬਹੁਤ ਸਾਰੇ ਤਰੀਕਿਆਂ ਦੇ ਨਾਲ ਘੇਰ ਕੇ ਖਤਮ ਕਰਨ ਦੀਆਂ ਛਾਛਾਂ ਰਚੀਆਂ ਜਾ ਰਹੀਆਂ ਮੇਰੇ ਵੀਰੋ ਅਸੀਂ ਵੰਸ਼ ਜਾਂ ਦਸ਼ਮ ਪਿਤਾ ਦੇ ਉਹਨਾਂ ਨੇ ਜਿਨ੍ਹਾਂ ਨੇ ਆਪਣੇ ਚਾਰੇ ਸਾਹਿਬਜ਼ਾਦਿਆਂ ਜਿਹੜੇ ਆ ਧਰਮ ਦੀ ਰੱਖਿਆ ਲਈ ਕੁਰਬਾਨ ਕਰ ਦਿੱਤੇ ਆਓ ਯਾਦ ਕਰੀਏ ਉਹ ਠੰਡੇ ਬੁਰਜ ਨੂੰ ਆਓ ਯਾਦ ਕਰੀਏ ਉਹ ਨੀਆਂ ਨੂੰ ਆਓ ਯਾਦ ਕਰੀਏ ਉਸ ਧਰਤੀ ਨੂੰ ਜਿਸ ਧਰਤੀ ਦੇ ਉੱਪਰ ਛੋਟੇ ਸਾਹਿਬਜ਼ਾਦਿਆਂ ਨੇ ਉਹਨਾਂ ਨੂੰ ਕਿਵੇਂ ਕੰਧਾਂ ਦੇ ਅੰਦਰ ਚੁਨਾ ਕੇ ਧਰਮ ਦੀ ਰੱਖਿਆ ਵਾਸਤੇ ਉਹਨਾਂ ਨੇ ਆਪਣੇ ਪ੍ਰਾਂਤ त्याਗ ਦਿੱਤੇ ਆਓ ਉਹਨਾਂ ਦਾ ਜਿਹੜਾ ਮੋਰਚਾ ਫਤਿਹ ਕੀਤਾ ਸੀ ਉਸ ਮੋਰਚੇ ਨੂੰ ਅੱਗੇ ਵਧਾਈਏ ਔਰ ਉਹਨੂੰ ਅੱਗੇ ਵਧਾਉਂਦੇ ਹੋਏ ਜਿਹੜੇ ਲੋਕ ਸਾਡਾ ਧਰਮ ਪਰਵਤਨ ਕੌਮ 'ਚ ਤਾਕਤਾਂ ਲੱਗੀਆਂ ਆ ਉਹਨਾਂ ਦੇ ਖਿਲਾਫ ਡਟ ਕੇ ਖੜੇ ਹੋਈਏ ਜਦੋਂ ਅਸੀਂ ਇਹ ਮੋਰਚਾ ਫਤਿਹ ਕਰ ਲਿਆ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਦੁਨੀਆ ਦੇ ਸਾਰੇ ਮੋਰਚੇ ਤੁਸੀਂ ਫਤਿਹ ਕਰ ਲੈਣੇ ਆ ਕਿਉਂਕਿ ਤੁਸੀਂ ਜੰਮੇ ਹੀ ਫਤਿਹ 'ਚ ਹੋ ਸਾਡਾ ਜਿਹੜਾ ਜੜ ਉਪਜ ਹੋਈ ਆ ਜਨਮ ਹੋਇਆ ਆ ਉਹ ਫਤਿਹ ਤੋਂ ਹੀ ਹੋਈ ਆ ਲੇਕਿਨ ਫਤਿਹ ਤਾਂ ਹੀ ਰਹਿਣੀ ਆ ਜੇ ਸਾਡੀ ਕੌਮ ਰਹੇਗੀ ਕੌਮ ਤਾਂ ਰਹਿਣੀ ਆ ਜੇ ਅਸੀਂ ਦਸ਼ਮ ਦਾ ਦੇ ਬੱਚਿਆਂ ਦੇ ਦਿੱਤੇ ਹੋਏ ਜਿਹੜੇ ਪੂਰਨੇ ਆ ਉਹਨਾਂ ਤੇ ਚੱਲਾਂਗੇ ਆਪਣੇ ਧਰਮ ਦੀ ਰੱਖਿਆ ਕਰਾਂਗੇ ਆਪਣੇ ਪਰਿਵਾਰਾਂ ਦੀ ਰੱਖਿਆ ਕਰਾਂਗੇ ਔਰ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਾਵਾਂਗੇ ਸੋ ਮੇਰੀ ਬੇਨਤੀ ਆ 26 ਦਸੰਬਰ 1704 ਨੂੰ ਜਿਹੜਾ ਛੋਟੇ ਸਾਹਿਬਜ਼ਾਦਿਆਂ ਨੇ ਮੋਰਚਾ ਫਤਿਹ ਕੀਤਾ ਸੀ ਉਹ ਤੇ ਹੁਣ ਪਹਿਰਾ ਦੇਣ ਦੀ ਲੋੜ ਆ ਕਿਤੇ ਦੇਰ ਨਾ ਹੋ ਜਾਵੇ ਔਰ ਆਲ ਮਿਲ ਕੇ ਉਹ ਤੇ ਪਹਿਰਾ ਦਿੰਦੇ ਹੋਏ ਆਪਣੀ ਕੌਮ ਨੂੰ ਬਚਾਈਏ